ਤੇ ਜਦ ਤੋਂ ਮੈਂ ਆਪਣਾ ਵਜਨ ਘੱਟ ਕੀਤਾ ਜੀ, ਉਸ ਦਿਨ ਤੋਂ ਹੀ ਮੈਂ ਤੰਦਰੁਸਤ ਰਹਿਣ ਲੱਗੀ ਹਾਂ ਜੀ। ਮੈਂ ਆਪਣਾ 20 ਕਿਲੋ ਵੇਟ ਲੋਸ ਕੀਤਾ ਜੀ 3 ਮਹੀਨਿਆਂ ਦੇ ਵਿੱਚ। ਮੈਂ 9 ਕੇਜੀ ਵੇਟ ਲੋਸ ਕੀਤਾ, ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਉਹਦੇ ਕਰਕੇ ਮੇਰਾ ਵੇਟ ਗੇਨ ਹੋ ਗਿਆ ਸੀ, ਫਿਰ ਮੈਂ ਨਿਊਟ੍ਰੀਸ਼ਨ ਯੂਜ਼ ਕੀਤਾ, ਇਹਦੇ ਨਾਲ ਮੇਰਾ ਥਾਇਰਾਇਡ ਵੀ ਕੰਟਰੋਲ ਹੈ, ਮੇਰਾ ਵੇਟ ਵੀ ਕੰਟਰੋਲ ਹੈ, ਤੇ ਹੁਣ ਮੈਂ ਪਹਿਲਾਂ ਨਾਲੋਂ ਬਹੁਤ ਐਕਟਿਵ ਫੀਲ ਕਰਦੀ ਹਾਂ। ਮੈਂ 27 ਕਿਲੋ ਵੇਟ ਲੋਸ ਕੀਤਾ 2.5 ਮਹੀਨੇ ਦੇ ਵਿੱਚ, ਮੇਰਾ 12 ਕਿਲੋ ਵਜ਼ਨ ਘਟ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿ ਤੁਸੀਂ ਵੀ ਮੋਟਾਪੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਹੋ ਤੇ ਇਹਦੇ ਇੱਕ ਸੋਲੂਸ਼ਨ ਮੈਂ ਲੈ ਕੇ ਆ ਗਈ ਹਾਂ, ਤੇ ਮੈਂ ਤੁਹਾਨੂੰ ਲੈ ਕੇ ਨਿਊਟ੍ਰੀਸ਼ਨ ਕਲੱਬ, ਤੇ ਜਿੱਥੇ ਤੁਹਾਨੂੰ ਦੱਸਣਗੇ ਕਿ ਘਰ ਬੈਠੇ ਆਪਣੇ ਹੀ ਘਰ ਦੀ ਡਾਈਟ ਤੁਸੀਂ ਫੋਲੋ ਕਰਕੇ ਕਿ ਤੁਸੀਂ ਕਿੱਦਾਂ ਆਪਣਾ ਵੇਟ ਲੋਸ ਕਰ ਸਕਦੇ ਹੋ। ਹੁਣ ਆਪਾਂ ਸਰ ਦੇ ਨਾਲ ਗੱਲ ਕਰਦੇ ਹਾਂ, ਇਹਨਾਂ ਨੇ ਕਿੰਨਾ ਵੇਟ ਲੋਸ ਕੀਤਾ? ਮੈਂ 27 ਕਿਲੋ ਵੇਟ ਲੋਸ ਕੀਤਾ 2.5 ਮਹੀਨੇ ਦੇ ਵਿੱਚ। ਅੱਛਾ ਜੀ, ਤੇ ਮੈਨੂੰ ਗੋਡਿਆਂ ਦੀ ਤੇ ਪੇਟ ਕਰਨੀ ਜ਼ਿਆਦਾ ਸੀਗੀ ਪ੍ਰੋਬਲਮ, ਤੇ ਹੋਰ ਹੁਣ ਠੀਕ ਆ ਮੈਂ। ਹੁਣ ਬਿਲਕੁਲ ਠੀਕ ਹੋ ਗਏ? ਹਾਂ ਠੀਕ ਆ। ਅੱਛਾ, ਹਾਂ ਹੁਣ ਕਾਫੀ ਫਰਕ ਲੱਗਿਆ ਹਨਾ? ਹੁਣ ਤਾਂ ਬਹੁਤ ਫਰਕ ਆ, ਤਾਂ ਚ ਮੁਸ਼ਕਲ ਬਹੁਤ ਸੀਗੀ, ਹੁਣ ਠੀਕ ਆ। ਬੈਠਣ ਚ ਪ੍ਰੋਬਲਮ ਸੀ ਹਨਾ, ਬਹੁਤ ਜ਼ਿਆਦਾ ਬੈਠਣ ਚ। ਹੁਣ ਮੈਂ ਘੱਟੋ ਘੱਟ 5-6 ਕਿਲੋਮੀਟਰ ਸੈਰ ਵੀ ਲਾਉਣਾ, ਤੇ ਬਾਕੀ ਹੋਰ ਮੈਨੂੰ ਕੋਈ ਹੈ ਨੀਗਾ, ਖੁਰਾਕ ਜਿਹੜੀ ਦੇ ਉਹ ਖਾਂਦੇ ਆ ਤੇ ਘਰ ਦੇ ਸਿੰਪਲ ਖਾਣਾ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੰਨਾ ਵੇਟ ਲੋਸ ਕੀਤਾ? ਮੇਰਾ 12 ਕਿਲੋ ਵਜ਼ਨ ਘਟ ਗਿਆ। ਮਤਲਬ ਤੁਹਾਨੂੰ ਕੀ ਅੰਦਰੂਨੀ ਕੀ ਪ੍ਰੋਬਲਮ ਸੀਗੀ ਸਰੀਰਕ ਤੌਰ ਤੇ? ਮੈਨੂੰ ਸਮੱਸਿਆ ਕੋਈ ਨਹੀਂ ਸੀਗੀ ਜੀ, ਮੈਨੂੰ ਆਪਣੇ ਆਪ ਨੂੰ ਸਾਰਾ ਮਹਿਸੂਸ ਹੁੰਦੀ ਸੀ, ਪੇਟ ਜ਼ਿਆਦਾ ਸੀ। ਅੱਛਾ ਅੱਛਾ, ਇਹ ਵੀ ਬਹੁਤ ਬੜੀ ਸਮੱਸਿਆ ਨਾ, ਕਿ ਲੋਕ ਕੀ ਕਹਿਣਗੇ ਵਾਲਾ ਡਾਇਲੌਗ। ਮੈਂ ਚਾਹੁੰਦਾ ਜੀ ਮੈਂ ਵੀ ਪੈਂਟ ਸ਼ਰਟ ਪਾਇਆ ਕਰਾਂਗਾ, ਮੈਂ ਜ਼ਿਆਦਾਤਰ ਮੈਂ ਕੁੜਤੇ ਪਜਾਮੇ ਯੂਜ਼ ਕਰਨ ਲੱਗ ਗਿਆ ਸੀਗਾ ਜੀ। ਅੱਛਾ, ਫਿਰ ਹੁਣ ਤੁਹਾਨੂੰ ਵਧੀਆ ਲੱਗ ਰਿਹਾ? ਬਹੁਤ ਵਧੀਆ ਲੱਗਦਾ, 2.5 ਇੰਚ ਪੇਟ ਘਟ ਗਿਆ ਜੀ। ਅੱਛਾ, 2 ਇੰਚ ਲੱਗ ਘਟ ਗਿਆ ਜੀ। ਹਾਂਜੀ, ਤੁਹਾਨੂੰ ਆਪਣੇ ਆਪ ਨੂੰ ਹੁਣ ਫਿਟ ਮਹਿਸੂਸ? ਨਹੀਂ ਵਧੀਆ, ਹਲੇ ਮੈਂ ਹੋਰ ਵੇਟ ਘਟਾਉਂਗਾ ਜੀ। ਅੱਛਾ, ਹਾਂਜੀ ਹਾਂਜੀ, ਬਹੁਤ ਵਧੀਆ ਗੱਲ। ਹਾਂਜੀ ਹਾਂਜੀ, 70 ਤੇ ਆ ਕੇ ਖੜਨਾ ਜੀ, 70 ਕਰਨਾ, ਤੇ 7 ਕਿਲੋਮੀਟਰ ਸੈਰ ਵੀ ਕਰਦਾ ਮੈਂ ਰੋਜ਼। ਅੱਛਾ, ਹਾਂਜੀ ਹਾਂਜੀ। ਡਾਈਟ ਤੁਸੀਂ ਉਹੀ ਫੋਲੋ? ਡਾਈਟ ਸੇਮ ਉਹੀ ਹੈ ਜੀ, ਕੋਈ ਐਕਸਟਰਾ ਨਹੀਂ ਹੈ ਜੀ। ਹਾਂਜੀ, ਘਰ ਦੇ ਖਾਣਾ ਬਸ, ਸਿਰਫ ਬਾਜ਼ਾਰ ਦਾ ਕਿਤੇ ਖਾ ਲੈਂਦੇ ਉਹ ਬੰਦ ਕਰਤਾ ਜੀ। ਅੱਛਾ, ਬੰਦ ਕਰਤਾ। ਹਾਂਜੀ, ਤਵੇ ਵਗੈਰਾ ਬੰਦ, ਚਾਹ ਬੰਦ ਕਰਤੀ ਜੀ। ਚਾਹ ਬੰਦ ਕਰਤੀ? ਹਾਂਜੀ, ਇਹ ਚਾਹ ਬਹੁਤ ਪੀਂਦੇ ਸੀ ਜੀ ਅਸੀਂ। ਅੱਛਾ, ਹਾਂਜੀ ਹਾਂਜੀ, ਠੀਕ ਹੈ, ਚਲੋ ਬਹੁਤ ਵਧੀਆ ਗੱਲ ਹੈ। ਹਾਂਜੀ, ਤੁਸੀਂ ਕਿੰਨਾ ਵੇਟ ਲੋਸ ਕੀਤਾ? ਮੈਂ ਆਪਣਾ 20 ਕਿਲੋ ਵੇਟ ਲੋਸ ਕੀਤਾ ਜੀ 3 ਮਹੀਨਿਆਂ ਦੇ ਵਿੱਚ। ਜ਼ਿਆਦਾ ਵੇਟ ਹੋਣ ਕਰਕੇ ਬਹੁਤ ਹੈਲਥ ਇਸ਼ੂ ਸੀਗੇ, ਬਹੁਤ ਪਰੇਸ਼ਾਨ ਸੀ। ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀਗੀ, ਬਾਕੀ ਜੁਆਇੰਟ ਪੇਨ, ਹੋਰ ਪਤਾ ਹੀ ਹੈ ਜੀ ਤੁਹਾਨੂੰ, ਜਦੋਂ ਵੇਟ ਜ਼ਿਆਦਾ ਹੁੰਦਾ ਵਾ ਜੁਆਇੰਟ ਪੇਨ ਤਾਂ ਹੋਣ ਲੱਗ ਜਾਂਦੇ ਆ, ਉਹਨਾਂ ਦੀ ਬਹੁਤ ਦਿੱਕਤ ਸੀਗੀ, ਬਟ ਹੁਣ ਮੈਂ 20 ਕਿਲੋ ਵੇਟ ਲੋਸ ਕਰਨ ਦੇ ਨਾਲ ਸਾਰੀਆਂ ਪ੍ਰੋਬਲਮ ਮੇਰੀਆਂ ਹੱਲ ਹੋ ਗਈਆਂ। ਹੁਣ ਤੁਸੀਂ ਬਿਲਕੁਲ? ਹਾਂਜੀ, ਹੁਣ ਕੋਈ ਵਧੀਆ ਆਪਣੀ ਐਕਟਿਵ ਆ ਜੀ, ਅਸੀਂ ਕੰਮ ਕਰਨ 'ਚ ਪਹਿਲਾਂ ਜੀ ਨਹੀਂ ਕਰਦਾ ਹੁੰਦਾ ਸੀ ਕੰਮ ਕਰਨ ਨੂੰ ਕਰਦਾ, ਬਟ ਹੁਣ ਰਿਲੈਕਸ ਫੀਲ ਹੁੰਦਾ ਵਾ, ਕੰਮ ਬਹੁਤ ਵਧੀਆ, ਸਾਰਾ ਦਿਨ ਐਕਟਿਵ ਰਹੀਦਾ ਵਾ, ਕੋਈ ਫੀਲ ਨਹੀਂ ਹੁੰਦਾ ਗਾ। ਡਾਈਟ ਪਹਿਲਾਂ ਵੀ ਫੋਲੋ ਕਰਦੇ ਸੀ ਬਟ ਵੀਕਨੈਸ ਹੋ ਜਾਂਦੀ ਸੀ, ਬਟ ਨਿਊਟ੍ਰੀਸ਼ਨ ਦੇ ਲੈਣ ਦੇ ਨਾਲ, ਡਾਈਟ ਫੋਲੋ ਕਰਨ ਦੇ ਨਾਲ ਐਕਟਿਵ ਰਹਿੰਦੇ ਹਾਂ ਤੇ ਐਨਰਜੀ ਬਹੁਤ ਰਹਿੰਦੀ ਹੈ ਜੀ। ਚਲੋ ਜੀ, ਬਹੁਤ ਵਧੀਆ ਗੱਲ ਹੈ। ਨਿਊਟ੍ਰੀਸ਼ਨ ਦੇ ਕੀ ਕੀ ਫਾਇਦੇ ਨੇ ਮੈਮ? ਨਿਊਟ੍ਰੀਸ਼ਨ ਨਾਲ ਜਿਵੇਂ ਜੀ ਆਪਾਂ ਵੇਟ ਲਾਸ ਵੀ ਕਰ ਸਕਦੇ ਹਾਂ ਤੇ ਇਹਦੇ ਨਾਲ ਆਪਾਂ ਵੇਟ ਗੇਨ ਵੀ ਹੋ ਜਾਂਦਾ ਵਾ, ਤੇ ਬਾਕੀ ਬੱਚਿਆਂ ਲਈ ਕਿਡਸ ਗਰੋ ਆ ਜੀ, ਜਿਵੇਂ ਬੱਚਿਆਂ ਦੀ ਇਮਿਊਨਿਟੀ ਵੀਕ ਹੁੰਦੀ ਆ ਤੇ ਬੱਚਿਆਂ ਦੀ ਗਰੋਥ ਨਹੀਂ ਹੁੰਦੀ ਹੈਗੀ ਗੀ, ਉਸ ਦੇ ਵਾਸਤੇ ਵੀ ਆਪਣੇ ਕੋਲ ਕਿਡਸ ਗਰੋ ਆ। ਬਾਕੀ ਸਕਿਨ ਦੀ ਪ੍ਰੋਬਲਮ ਕੋਈ ਵੀ ਹੈ ਜੀ, ਸਕਿਨ ਬੂਸਟਰ ਆਪਣੇ ਕੋਲ ਹੈਗਾ ਵਾ, ਸਕਿਨ ਦੀ ਪ੍ਰੋਬਲਮ ਕੋਈ ਵੀ ਹੈ ਕਿਉਰ ਹੋ ਜਾਂਦੀ ਹੈ। ਹਾਂਜੀ, ਇਹ ਕਿਹੜੀ ਉਮਰ ਤੋਂ ਲੈ ਕੇ ਕਿਸ ਉਮਰ ਤੱਕ ਲੈ ਸਕਦੇ ਹਾਂ? ਜੀ 3 ਸਾਲ ਤੋਂ ਲੈ ਕੇ 100 ਸਾਲ ਦੇ ਕੋਈ ਵੀ ਯੂਜ਼ ਕਰ ਸਕਦਾ, ਕੋਈ ਸਾਈਡ ਇਫੈਕਟ ਨਹੀਂ ਹੈਗਾ ਗਾ, ਆਪਣੇ ਫਲਾਂ ਤੇ ਸਬਜ਼ੀਆਂ ਤੋਂ ਬਣੇ ਹੋਏ ਆ, ਕਿਸੇ ਵੀ ਉਮਰ ਦੇ। ਹਾਂਜੀ, ਕੋਈ ਵੀ ਉਮਰ ਦਾ ਯੂਜ਼ ਕਰ ਸਕਦੇ। ਅੱਛਾ, ਹਾਂਜੀ ਮੈਮ, ਤੁਸੀਂ ਕਿੰਨਾ ਵੇਟ ਲੋਸ ਕੀਤਾ? ਹਾਂਜੀ ਮੈਮ, ਮੈਂ 9 ਕੇਜੀ ਵੇਟ ਲੋਸ ਕੀਤਾ, ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਉਹਦੇ ਕਰਕੇ ਮੇਰਾ ਵੇਟ ਗੇਨ ਹੋ ਗਿਆ ਸੀ, ਫਿਰ ਮੈਂ ਨਿਊਟ੍ਰੀਸ਼ਨ ਯੂਜ਼ ਕੀਤਾ, ਇਹਦੇ ਨਾਲ ਮੇਰਾ ਥਾਇਰਾਇਡ ਵੀ ਕੰਟਰੋਲ ਹੈ, ਮੇਰਾ ਵੇਟ ਵੀ ਕੰਟਰੋਲ ਹੈ, ਤੇ ਹੁਣ ਮੈਂ ਪਹਿਲਾਂ ਨਾਲ ਬਹੁਤ ਐਕਟਿਵ ਫੀਲ ਕਰਦੀ ਹਾਂ। ਹਾਂਜੀ ਮੈਮ, ਤੁਹਾਡਾ ਕੀ ਐਕਸਪੀਰੀਅੰਸ ਰਿਹਾ?
ਹਾਂਜੀ ਮੈਮ, ਮੈਨੂੰ ਵੀ ਹੈ ਨਾ ਵੇਟ ਦੇ ਕਾਰਨ ਹੀ ਹੈਲਥ ਇਸ਼ੂ ਸੀਗੇ, ਬਹੁਤ ਜ਼ਿਆਦਾ ਪ੍ਰੋਬਲਮਾਂ ਸੀਗੀਆਂ ਜੀ, ਤੇ ਜਦ ਤੋਂ ਮੈਂ ਆਪਣਾ ਵਜ਼ਨ ਘੱਟ ਕੀਤਾ ਜੀ ਉਸ ਦਿਨ ਤੋਂ ਹੀ ਮੈਂ ਤੰਦਰੁਸਤ ਰਹਿਣ ਲੱਗੀ ਹਾਂ ਜੀ। ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀਆਂ ਨੇ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਖਾ ਕੀ ਰਹੇ ਹਾਂ, ਖਾਂਦੇ ਤਾਂ ਹੁਣ ਵੀ ਉਹੀ ਘਰ ਦਾ ਖਾਣਾ ਖਾਂਦੀ ਹਾਂ, ਪਰ ਪਹਿਲਾਂ ਪਤਾ ਨਹੀਂ ਸੀ ਵੀ ਆਪਾਂ ਕਿਸ ਤਰੀਕੇ ਨਾਲ ਕਿੱਦਾਂ ਵਾ ਮੇਨਟੇਨ ਕਰਕੇ ਖਾਣਾ ਹੁੰਦਾ। ਜਦ ਤੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਫਿਰ ਮੈਂ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਖਾਣ, ਆਪਣੀ ਡਾਇਟ ਸਹੀ ਕੀਤੀ ਤੇ ਆਪਣਾ ਵੇਟ ਵੀ ਘੱਟ ਕੀਤਾ ਤੇ ਹੁਣ ਮੈਂ ਐਕਟਿਵ ਹੀ ਰਹਿੰਦੀ ਹਾਂ। ਜਦੋਂ ਆਪਣਾ ਮੋਟਾਪਾ ਇੰਨਾ ਵਧੇ ਹੁੰਦਾ ਤੇ ਆਪਾਂ ਨੂੰ ਗੁੱਸਾ ਹੁੰਦਾ ਕਿ ਸਾਹ ਚੜ੍ਹਦਾ ਕੰਮ ਉਨਾ ਹੁੰਦਾ ਹੈ ਨੀ ਜੀ, ਔਰ ਪਰ ਨੈਚੁਰਲ ਵੇ ਨਾਲ। ਇੱਕ ਦੂਜੀ ਗੱਲ, ਬਹੁਤ ਸਾਰੇ ਪਰਸਨ ਕਹਿ ਦਿੰਦੇ ਨੇ ਜੀ ਵੀ ਨਾ ਕੋਈ ਸਾਈਡ ਇਫੈਕਟ, ਮੈਨੂੰ ਨੀ ਲੱਗਦਾ ਵੀ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਵੀ ਸਾਈਡ ਇਫੈਕਟ ਦਾ ਇਸ ਗੱਲ ਦਾ ਇਹ ਆ ਵੀ ਅਸੀਂ ਖਾ ਖਾ ਕੇ ਇੰਨਾ ਆਪਣਾ ਸਾਈਡ ਇਫੈਕਟ ਕਰ ਲਿਆ, ਹੁਣ ਅਸੀਂ ਕਹਿ ਸਕਦੇ ਹਾਂ ਵੀ ਹੁਣ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ, ਕਿ ਅਸੀਂ ਇਸ ਨਿਊਟ੍ਰੀਸ਼ਨ ਦੇ ਨਾਲ ਜੀ ਆਪਣੇ ਆਪ ਨੂੰ ਫਿੱਟ ਵੀ ਕੀਤਾ ਤੇ ਹੁਣ ਆਪਣੇ ਆਪ ਨੂੰ ਐਕਟਿਵ ਵੀ ਰੱਖਦੇ ਹਾਂ ਤੇ ਵਧੀਆ ਆਪਣਾ ਇੰਜੋਏ ਵੀ ਕਰ ਰਹੇ ਹਾਂ ਲਾਈਫ ਜੀ। ਜਿਹੜਾ ਲਾਈਫ ਮੈਂ ਤੁਹਾਨੂੰ ਆਪਣਾ ਸ਼ੇਅਰ ਕਰ ਸਕਦੀ ਹਾਂ ਵੀ ਜਿੱਦਾਂ ਮੇਰਾ ਡ੍ਰੀਮ ਸੀਗਾ ਜੀ ਆਪਣੇ ਲਾਈਫ ਸਟਾਈਲ ਨੂੰ ਵਧੀਆ ਤਰੀਕੇ ਨਾਲ ਦੇਖਣਾ, ਤੇ ਉਹ ਮੈਂ ਹੁਣ ਆਪਣਾ ਪੂਰਾ ਇੰਜੋਏ ਕਰ ਸਕਦੀ ਹਾਂ ਇਸ ਨਿਊਟ੍ਰੀਸ਼ਨ ਦੇ ਨਾਲ ਕਰ ਰਹੀ ਹਾਂ। ਅੱਛਾ, ਹਾਂਜੀ। ਫਿਰ ਲੋਕ ਤੁਹਾਨੂੰ ਕਿੱਦਾਂ ਕੰਟੈਕਟ ਕਰਨਗੇ? ਕਿੱਦਾਂ ਸਾਨੂੰ ਜੀ, ਬਹੁਤ ਸਾਰੇ ਪਰਸਨਾਂ ਦੀ ਇਹ ਕਾਲ ਆਉਂਦੀ ਹੈ ਵੀ ਸਾਡੀ ਕਾਲ ਨਹੀਂ ਪਿੱਕ ਕਰਦੇ ਤੁਸੀਂ, ਸਾਡਾ ਹੈ ਨਾ ਵਟਸਐਪ ਦਾ ਨੰਬਰ ਚੱਲਦਾ ਹੁੰਦਾ ਨੀਚੇ ਸਕਰੀਨ ਦੇ ਉੱਤੇ, ਆਪਣਾ ਹੈ ਨਾ ਮੈਸੇਜ ਛੱਡ ਦੇਣਾ ਜੀ, ਹਾਈਟ ਤੇ ਵੇਟ ਸਾਨੂੰ ਲਿਖ ਕੇ ਭੇਜ ਦੇਣਾ। ਦੂਜੀ ਗੱਲ ਜੀ, ਆਪਣੇ ਕੋਲ ਆਨਲਾਈਨ ਵੀ ਫੈਸਿਲਿਟੀ ਅਵੇਲੇਬਲ ਆ ਜੀ, ਅਗਰ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਉਹਦਾ ਕੋਰੀਅਰ ਵੀ ਆ, ਕੋਰੀਅਰ ਦੇ ਚਾਰਜਸ ਲੱਗਦੇ ਨੇ ਜੀ, ਪਰ ਆਪਣੇ ਇੰਡੀਆ ਦੇ ਵਿੱਚ ਜੀ ਫ੍ਰੀ ਆਫ ਕਾਸਟ ਸਾਨੂੰ ਲੱਗੂਗੀ, ਸ਼ਿਪਮੈਂਟ ਫ੍ਰੀ ਆ ਜੀ ਇੰਡੀਆ ਦੇ ਵਿੱਚ। ਇੰਡੀਆ 'ਚ ਡਿਲੀਵਰੀ ਫ੍ਰੀ ਹੈ? ਹਾਂਜੀ ਹਾਂਜੀ ਬਿਲਕੁਲ ਜੀ, ਹਾਂਜੀ ਉਹਨਾਂ ਲਈ ਕੋਰੀਅਰ ਸਾਹਿਬ ਜੀ ਆਪਾਂ ਨੂੰ ਚਾਰਜਸ ਦੇਣੇ ਪੈਂਦੇ, ਉਹਨਾਂ ਨੂੰ ਚਾਰਜਸ ਹਾਂਜੀ ਪੇ ਕਰਨੇ ਪੈਣਗੇ ਜੀ, ਇਹ ਚੀਜ਼ ਆ। ਬਾਕੀ ਮੈਂ ਇਹਨਾਂ ਦਾ ਕੰਟੈਕਟ ਨੰਬਰ ਮੈਂਸ਼ਨ ਕਰ ਦੂੰਗੀ, ਤੁਸੀਂ ਇਹਨਾਂ ਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਕਿ ਤੁਹਾਨੂੰ ਕੀ ਸੈਂਡ ਕਰਨ ਮੈਸੇਜ ਦੇ, ਉਸ ਮੈਸੇਜ ਦੇ ਉੱਪਰ ਜੀ ਸਾਨੂੰ ਆਪਣਾ ਹਾਈਟ ਐਂਡ ਵੇਟ ਲਿਖ ਕੇ ਭੇਜ ਦਾਂਗੇ। ਹਾਈਟ ਤੇ ਵੇਟ ਤੁਸੀਂ ਇਹਨਾਂ ਨੂੰ ਸੈਂਡ ਕਰ ਸਕਦੇ ਹੋ ਵਟਸਐਪ ਤੇ, ਜੋ ਮੈਂ ਤੁਹਾਨੂੰ ਨੰਬਰ ਮੈਂਸ਼ਨ ਕਰੂੰਗੀ। ਹਾਂਜੀ, ਹੋਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਇਹੀ ਦੇਣਾ ਚਾਹੁੰਦੀ ਆ, ਦੇਖੋ ਜੀ ਆਪਾਂ ਉਦਾਂ ਵੀ ਤਾਂ ਮੈਡੀਕਲ ਤੇ ਨਾ ਡਾਕਟਰਾਂ ਦੇ ਘਰ ਇੰਨਾ ਖਰਚਾ ਕਰਦੇ ਹਾਂ, ਤਾਂ ਤੁਸੀਂ ਇੱਕ ਵਾਰੀ ਇਹਨੂੰ ਹਨਾ ਟਰਾਈ ਕਰਕੇ ਦੇਖੋ ਆਪਣੇ ਆਪ ਤੇ ਹਨਾ ਵੀ ਕੀ ਰਿਜ਼ਲਟ ਮਿਲਦਾ ਆ ਕੀ ਨਹੀਂ। ਮੈਂ ਤਾਂ ਇਹ ਅਪੀਲ ਕਰੂੰਗੀ ਜਦੋਂ ਆਪਾਂ ਹੋਰ ਇੰਨਾ ਮਨੀ ਖਰਚ ਕਰਦੇ ਹਾਂ ਤਾਂ ਆਪਣੇ ਆਪ ਨੂੰ, ਹੁਣ ਦੇਖੋ ਜੀ ਅਸੀਂ ਕੱਪੜਿਆਂ ਤੇ ਤਾਂ ਜਿੰਨਾ ਮਰਜ਼ੀ ਖਰਚ ਕਰ ਲਈਏ ਹਨਾ, ਪਰ ਹੁਣ ਸਾਡੇ ਕੰਪਲੀਮੈਂਟਸ ਵੱਧ ਗਏ ਜੀ, ਜੋ ਕੱਪੜੇ ਚਾਹੇ ਜਿੰਨਾ ਮਰਜ਼ੀ ਆਪਾਂ ਮਹਿੰਗੇ ਲੈ ਲਈਏ ਜੀ, ਪਰ ਜੇ ਆਪਣੀ ਫਿਟਨੈਸ ਨਹੀਂ, ਮੈਨੂੰ ਨਹੀਂ ਲੱਗਦਾ ਵੀ ਕੁਛ ਵੀ ਆਪਾਂ ਦੀਆਂ। ਹਾਂਜੀ ਬਿਲਕੁਲ, ਖਰਚਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਫਿਟ ਕਰਨਾ ਬਹੁਤ ਬਿਲਕੁਲ ਜੀ ਜ਼ਰੂਰੀ ਹੈ। ਜੋ ਤੁਸੀਂ ਖਰਚਾ ਕਰੋਗੇ ਤੁਹਾਨੂੰ ਆਪਣੇ ਆਪ ਨੂੰ ਫੀਲ ਹੋਣਾ ਚਾਹੀਦਾ ਕਿ ਹੁਣ ਹਾਂ ਮੈਂ ਵਧੀਆ ਲੱਗ ਰਹੀ ਹਾਂ। ਹਾਂਜੀ, ਖਾਣ ਪੀਣ ਦੀ ਆਦਤਾਂ 'ਚ ਬਸ ਸੁਧਾਰ ਕਰੋ ਜੀ, ਤੁਸੀਂ ਆਪਣਾ ਨਿਊਟ੍ਰੀਸ਼ਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਫਿੱਟ ਕਰ ਸਕਦੇ ਹੋ ਜੀ। ਬਿਲਕੁਲ, ਆਰਾਮ ਨਾਲ। ਚਲੋ ਬਹੁਤ ਵਧੀਆ ਗੱਲ ਹੈ, ਤੁਸੀਂ ਇਹਨਾਂ ਨੂੰ ਮੈਸੇਜ ਕਰਿਓ, ਠੀਕ ਹੈ, ਪਰਸਨਲੀ ਕਰ ਸਕਦੇ ਹੋ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਠੀਕ ਹੈ। ਤੁਹਾਡੇ ਫੇਸ ਤੇ ਹੀ ਲੱਗ ਰਿਹਾ ਹੈ ਕਿ ਤੁਸੀਂ ਕਿੰਨੇ ਜ਼ਿਆਦਾ ਖੁਸ਼ ਹੋ ਨਾ। ਅਗਰ ਤੁਸੀਂ ਵੀ ਜਾਣਕਾਰੀ ਦੇ ਲਈ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਆਪਾਂ ਮੈਮ ਨੂੰ ਪੁੱਛ ਦੇਣ ਦੇ, ਆਫਿਸ ਕਿੱਥੇ ਕਿੱਥੇ ਨੇ? ਹਾਂਜੀ ਮੈਮ, ਆਪਣਾ ਜੀ ਲੁਧਿਆਣਾ ਵਿੱਚ ਆਲਮਗੀਰ ਸਾਹਿਬ ਮਲੇਰਕੋਟਲਾ ਰੋਡ ਤੇ ਆ। ਹਾਂਜੀ ਮੈਮ, ਸਾਡਾ ਮੰਡੀ ਗ੍ਰਿਜ਼ਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਹੀ ਫੇਮਸ। ਅੱਛਾ ਜੀ, ਹਾਂਜੀ ਠੀਕ ਹੈ। ਤੁਸੀਂ ਪਰਸਨਲੀ ਵੀ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਕਈ ਵਾਰ ਬੰਦਾ ਕਨਫਿਊਜ਼ ਹੁੰਦਾ ਹੈ ਨਾ, ਮਤਲਬ ਕਾਲ ਤੇ ਇੰਨੀ ਗੱਲ ਨਹੀਂ ਸਮਝ ਲੱਗਦੀ, ਤਾਂ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ, ਉਹ ਵੀ ਐਡਰੈਸ ਮੈਂ ਨੀਚੇ ਮੈਂਸ਼ਨ ਕਰ ਦੂੰਗੀ। ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ, ਕਿਉਂਕਿ ਮੈਂ ਖੁਦ ਡਾਇਟ ਫੋਲੋ ਕਰ ਰਹੀ ਹਾਂ, ਫਿਰ ਮੇਰੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਮਿਲਦੇ ਆ ਫਿਰ, ਉਦੋਂ ਤੱਕ ਸਤਿ ਸ਼੍ਰੀ ਅਕਾਲ।